ਸਸਕਾਲ ਜੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਤੇ ਅੱਜ ਕੈਲੀਫੋਰਨੀਆ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਔਰ ਇੰਨੀ ਖਿੜੀ ਦੁਪਹਿਰ ਇੱਥੇ ਵੇਖਣ ਨੂੰ ਸਾਨੂੰ ਮਿਲ ਰਹੀ ਹੈ। ਲੇਕਿਨ ਜਦ ਅਸੀਂ ਇੱਥੇ ਪਹੁੰਚੇ ਹਾਂ ਤਾਂ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਰੂਜ਼ੇਵਿਲ ਸੈਕਰਮੈਂਟ ਤੋਂ ਪਹੁੰਚੇ ਹੋਏ ਹੋ ਅਤੇ ਨਾਲ ਖਾਣਾ ਵੀ ਦੇਸੀ ਆਪਣਾ ਖਾ ਕੇ ਜਾਇਓ ਅਤੇ ਮਿਠਾਈਆਂ ਵੀ ਪੈਕ ਕਰਵਾ ਕੇ ਲੈ ਕੇ ਜਾਇਓ ਨਿਊਯਾਰਕ ਦੇ ਵਿੱਚ ਅਤੇ ਨਾਲ ਆਪਣੇ ਦੋਸਤਾਂ ਨੂੰ ਦਿਓ। ਫਿਰ ਮੈਂ ਕਿਹਾ ਮਿਠਾਈਆਂ ਪੈਕ ਕਰਾਉਣੀਆਂ ਅਤੇ ਖਾਣਾ ਖਾਣਾ ਕਿਹਦੇ ਕੋਲ ਜਾਈਏ? ਕਹਿੰਦੇ ਸੰਨੀ ਭਾਅ ਜੀ ਦੇ ਕੋਲ ਚਲੇ ਜਾਓ, ਰੂਜ਼ੇਵਿਲ ਬੋਂਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਦੇ ਕੋਲ, ਅਤੇ ਜਾ ਕੇ ਉਹਨਾਂ ਦੇ ਕੋਲ ਤੁਸੀਂ ਗੱਲ ਵੀ ਕਰੋ ਅਤੇ ਸ਼ੋਅ ਵੀ ਕਰ ਲਓ ਬਿਜ਼ਨਸ ਆਫ ਦਾ ਵੀਕ। ਅਤੇ ਇਸੇ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਜੀ ਰੂਜ਼ੇਵਿਲ ਕੈਲੀਫੋਰਨੀਆ, ਜਿੱਥੇ ਅਸੀਂ ਤੁਹਾਨੂੰ ਮਿਲਾਵਾਂਗੇ ਸੰਨੀ ਭਾਜੀ ਦੇ ਨਾਲ, ਜਿਨ੍ਹਾਂ ਦੀ ਮਿਠਾਈਆਂ ਓਏ ਹੋਏ ਓਏ ਹੋਏ, ਜਿਨ੍ਹਾਂ ਦੇ ਚਨੇ ਭਟੂਰੇ ਓਏ ਹੋਏ ਓਏ ਹੋਏ। ਚਨੇ ਭਟੂਰੇ ਖਾਣ ਦੇ ਲਈ ਕੈਲੀਫੋਰਨੀਆ ਦੇ ਵਿੱਚ ਵੱਖ ਵੱਖ ਟਾਊਨ ਤੋਂ ਲੋਕ ਆ ਕੇ ਇੱਥੇ ਇਹਨਾਂ ਦੇ ਛੋਲੇ ਭਟੂਰੇ ਖਾਂਦੇ ਹਨ। ਕਿਸ਼ਨ ਕੁਮਾਰ ਜੀ, 50 ਸਾਲ ਦਾ ਤਜੁਰਬਾ ਔਰ ਅਮੈਰੀਕਾ ਦੀ ਇਸ ਧਰਤੀ ਦੇ ਉੱਤੇ, ਓਏ ਹੋਏ, ਜਦ ਤੁਹਾਨੂੰ ਆਪਣਾ ਮਨਪਸੰਦ ਦਾ ਚਨਾ ਭਟੂਰਾ ਮਿਲ ਜਾਏ ਅਤੇ ਨਾਲ ਤੁਹਾਨੂੰ ਮਿਠਾਈਆਂ ਮਿਲ ਜਾਣ ਅਤੇ ਨਾਲ ਤੁਹਾਨੂੰ ਆਪਣਾ ਦੇਸੀ ਖਾਣਾ ਮਿਲ ਜਾਏ, ਅਤੇ ਫਿਰ ਉਹਨੂੰ ਕਹਿੰਦੇ ਆ ਸੋਨੇ ਅਤੇ ਸੁਹਾਗਾ। ਆਓ ਮਿਲਦੇ ਹਾਂ ਸਨੀ ਭਾਅ ਜੀ ਅਤੇ ਕਿਸ਼ਨ ਕੁਮਾਰ ਜੀ ਤੋਂ। ਬੋਂਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਕੌਣ ਨੇ? ਆਓ ਚਲੀਏ। ਚਲੋ ਜੀ, ਹੁਣ ਆ ਗਏ ਆਪਾਂ ਅੰਦਰ ਬੋਂਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ। ਹੋਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਤੁਹਾਨੂੰ ਮਿਲਾਵਾਂਗੇ ਸਨੀ ਭਾਅ ਜੀ ਦੇ ਨਾਲ, ਜੋ ਕਿ ਬਣੇ ਹਨ ਸਕਸੈਸਫੁਲ ਬਿਜ਼ਨਸਮੈਨ ਅਤੇ ਨਾਲ ਵਧੀਆ ਇਨਸਾਨ। ਮੇਰੇ ਨਾਲ ਮੁਖਾਤਿਬ ਨੇ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਭਾਅ ਜੀ ਦਰਸ਼ਨ ਹੋ ਗਏ ਤੁਹਾਡੇ, ਬੜੇ ਅਪੁਆਇੰਟਮੈਂਟ ਲੈਣੀ ਪੈਂਦੀ ਤੁਹਾਨੂੰ ਮਿਲਣ ਦੇ ਲਈ। ਬਸ ਭਾਅ ਜੀ, ਥੋੜ੍ਹੇ ਕੰਮ 'ਚ ਬਿਜ਼ੀ ਜ਼ਿਆਦਾ ਰਹੀਦਾ। ਉਹ ਤਾਂ ਸਾਰੀ ਗੱਲਾਂ ਠੀਕ ਨੇ, ਕੰਮ 'ਚ ਤੁਸੀਂ ਬਿਜ਼ੀ ਹੋ, ਲੇਕਿਨ ਮੈਂ ਇੰਨੀ ਦੂਰ ਤੋਂ ਆਇਆ, ਬਿਨਾਂ ਛੋਲੇ ਭਟੂਰੇ ਖਾ ਕੇ ਮੈਂ ਇੱਥੋਂ ਨਹੀਂ ਜਾਵਾਂਗਾ, ਅਤੇ ਨਾਲ ਮੈਂ ਸਿੱਖਣੇ ਵੀ ਜ਼ਰੂਰ ਨੇ ਛੋਲੇ ਭਟੂਰੇ। ਭਾਅ ਜੀ ਇੱਕ ਸ਼ਰਤ 'ਤੇ ਤੁਹਾਨੂੰ ਸਿਖਾਵਾਂਗੇ, ਐਪਰਨ ਪਾ ਕੇ ਤੁਹਾਨੂੰ ਕਿਚਨ 'ਚ ਆਉਣਾ ਪੈਣਾ, ਤਾਂ ਫਿਰ ਤੁਹਾਨੂੰ ਦੱਸਾਂਗੇ ਕਿੱਦਾਂ ਛੋਲੇ ਭਟੂਰੇ ਕਿੱਦਾਂ ਬਣਾਈ ਦੇ ਆਪਾਂ। ਲਓ ਜੀ, ਕੋਈ ਦਿੱਕਤ ਨਹੀਂ, ਆਪਾਂ ਪਾ ਲੈਂਦੇ ਹਾਂ ਐਪਰਨ ਔਰ ਚੱਲਦੇ ਹਾਂ ਫਿਰ ਕਿਚਨ ਦੇ ਵਿੱਚ। ਲਓ ਜੀ ਭਾਅ ਜੀ, ਆ ਜਾਓ ਜੀ, ਆਓ ਚੱਲੀਏ। ਕਹਿੰਦੇ ਵੈਸੇ ਤਾਂ ਬੜੇ ਸਾਰੇ ਮਸ਼ਹੂਰ ਛੋਲੇ ਭਟੂਰੇ ਵਾਲੇ ਨੇ, ਪੰਜਾਬ ਦੇ ਵਿੱਚ ਵੀ ਹੈ, ਦਿੱਲੀ ਦੇ ਵਿੱਚ ਵੀ, ਪਹਾੜਗੰਜ ਦੇ ਛੋਲੇ ਭਟੂਰੇ, ਚਾਂਦਨੀ ਚੌਕ ਦੇ ਛੋਲੇ ਭਟੂਰੇ, ਲੇਕਿਨ ਅੱਜ ਮੈਂ ਤੁਹਾਨੂੰ ਜਿਹਨਾਂ ਨਾਲ ਮਿਲਾ ਰਿਹਾ ਉਹਨੇ ਅਮਰੀਕਾ ਦੇ ਮਸ਼ਹੂਰ ਛੋਲੇ ਭਟੂਰੇ, ਕਿਸ਼ਨ ਰਾਮ ਜੀ ਦੇ, ਜਿਨ੍ਹਾਂ ਨੇ ਕਿੰਨੇ ਲੋਕਾਂ ਨੂੰ ਨਾ ਜਾਣੇ ਭਟੂਰੇ ਬਣਾਉਣੇ ਸਿਖਾ ਤੇ ਅਮਰੀਕਾ ਦੀ ਇਸ ਧਰਤੀ ਦੇ ਉੱਤੇ। ਔਰ ਮਿਠਾਈਆਂ ਦੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੇ ਹੱਥ ਦੇ ਵਿੱਚ ਜਾਦੂ ਹੈ। ਓਏ ਹੋਏ, ਕਿਸ ਤਰੀਕੇ ਨਾਲ ਦੇਖੋ, ਫਲੋਟ ਕਰਦਾ ਹੋਇਆ ਭਟੂਰਾ ਇਹਨਾਂ ਨੇ ਤੇਲ ਦੇ ਵਿੱਚ ਪਾਇਆ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ 50 ਸਾਲ ਦਾ ਤਜੁਰਬਾ ਕਿਸ਼ਨ ਰਾਮ ਜੀ ਦਾ ਅਮੈਰੀਕਾ ਦੀ ਧਰਤੀ ਦੇ ਉੱਤੇ। ਸਤਿ ਸ਼੍ਰੀ ਅਕਾਲ ਕਿਸ਼ਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਸਾਨੂੰ ਛੋਲੇ ਭਟੂਰੇ ਬਣਾਉਣੇ ਸਿਖਾ ਰਹੇ ਹੋ, ਅਤੇ ਨਾਲ ਮੈਂ ਇਹ ਵੀ ਜ਼ਰੂਰ ਜਾਣਨਾ ਚਾਹਾਂਗਾ 50 ਸਾਲ ਦਾ ਸਫ਼ਰ ਕਿਵੇਂ ਰਿਹਾ ਤੁਹਾਡਾ? ਬਹੁਤ ਵਧੀਆ, ਬਹੁਤ ਵਧੀਆ। ਅਤੇ ਕਿੰਨੇ ਲੋਕਾਂ ਨੂੰ ਸਿਖਾਤਾ ਤੁਸੀਂ? ਲੋਕਾਂ ਬਹੁਤ ਕੰਮ ਸਿੱਖੇ ਜੀ, ਆਪਣੇ ਆਪਣੇ ਸਟੋਰ ਖੋਲ੍ਹੇ ਮੁੜਿਆ ਨਾ। ਹਾਂਜੀ, ਨਿਊਯਾਰਕ ਸੀ, ਨਿਊਯਾਰਕ ਵਿੱਚ। ਹਾਂਜੀ। ਅਤੇ ਤੁਹਾਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ? ਮੈਂ ਸ਼ੁਰੂ ਤੋਂ ਇਹੀ ਕੰਮ ਕੀਤਾ ਜੀ। ਓਕੇ। ਹਾਂਜੀ, ਮੈਂ ਹਲਦੀਰਾਮ ਦਾ ਵੀ ਕੰਮ ਕੀਤਾ, ਬਹੁਤ ਵੱਡੀ ਵੱਡੀ ਦੇ ਕਰਦੇ ਕੰਮ ਕੀਤਾ ਇੰਡੀਆ ਵਿੱਚ। ਇੱਥੇ ਮੈਨੂੰ ਲੈ ਕੇ ਆਏ ਸੀ, ਕੋਈ ਕੰਪਨੀ ਲੈ ਕੇ ਆਈ ਸੀ ਇੱਥੇ। ਕੰਮ ਤਾਂ ਬੋਲਦਾ ਬਾਈ, ਕੰਮ ਤਾਂ ਬੋਲਦਾ, ਕਿਉਂਕਿ ਕੰਮ ਇਸ ਕਰਕੇ ਬੋਲ ਰਿਹਾ, ਦੇਖੋ ਆਹ ਕਿੰਨੇ ਵਧੀਆ ਵਧੀਆ ਭਟੂਰੇ ਨਿਕਲ ਰਹੇ ਨੇ। ਔਰ ਖਾਸ ਭਟੂਰਿਆਂ ਦੇ ਵਿੱਚ ਇੱਕ ਜਿਹੜੀ ਗੱਲ ਵੇਖਣ ਨੂੰ ਮਿਲਦੀ ਹੈ ਕਿ ਉਹ ਕਿੰਨੇ ਫੁੱਲੇ ਹੋਏ ਨੇ, ਤਾਂ ਕਿ ਉਹ ਓਨੇ ਹੀ ਸਵਾਦਿਸ਼ਟ ਸਾਨੂੰ ਲੱਗਦੇ ਨੇ। ਅਤੇ ਜੀ, ਮੈਂ ਤੁਹਾਨੂੰ ਕਿਸ਼ਨ ਰਾਮ ਜੀ ਨਾਲ ਤਾਂ ਮਿਲਵਾ ਤਾ, ਲੇਕਿਨ ਉਹਨਾਂ ਦੇ ਹੁਣ ਸਨ ਇਨ ਲਾਅ ਯਾਨੀ ਕਿ ਸੰਨੀ ਭਾਅ ਜੀ, ਬੋਂਬੇ ਸਵੀਟ ਐਂਡ ਸਨੈਕਸ ਦੇ ਮਾਸਟਰ ਮਾਈਂਡ, ਔਰ ਜੋ ਕਿ ਇਸ ਪੂਰੇ ਕਾਰੋਬਾਰ ਨੂੰ ਇੱਕ ਨਵੀਂ ਮੁਕਾਮ ਵੀ ਹਾਸਿਲ ਕਰਾ ਰਹੇ ਨੇ, ਨਵੀਂ ਬੁਲੰਦੀਆਂ ਵੀ ਦੇ ਰਹੇ ਨੇ। ਲੇਕਿਨ ਖੁਦ ਆਪ ਕੰਮ ਕਰਕੇ ਹੀ ਮੈਨੂੰ ਲੱਗਦਾ ਇਸ ਧਰਤੀ ਦੇ ਉੱਤੇ ਬੰਦਾ ਕਾਮਯਾਬ ਹੁੰਦਾ, ਤਾਂ ਗਰਾਊਂਡ ਲੈਵਲ 'ਤੇ ਅਸੀਂ ਵੇਖ ਰਹੇ ਹਾਂ ਕਿ ਖੁਦ ਆਪ ਉਹ ਕਿਚਨ ਦੇ ਵਿੱਚ ਐਪਰਨ ਪਾ ਕੇ ਵਧੀਆ ਤਰੀਕੇ ਨਾਲ ਛੋਲੇ ਬਣਾ ਰਹੇ ਨੇ, ਭਟੂਰੇ ਬਣਾਏ ਫਾਦਰ ਸਾਹਿਬ ਨੇ, ਅਤੇ ਹੁਣ ਛੋਲੇ ਬਣਾ ਰਹੇ ਨੇ ਸਨ ਇਨ ਲਾਅ, ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਦੋਨਾਂ ਦੀ ਜੋੜੀ। ਔਰ ਕਾਊਂਟਰ ਦੇ ਉੱਤੇ ਵੀ ਬਖੂਬੀ ਕੰਮ ਕਰਦੇ ਨੇ, ਕੇਟਰਿੰਗ ਦੇ ਮਾਹਿਰ ਨੇ, ਆਊਟਡੋਰ ਐਕਸਪੋਰਟ ਸਵੀਟ ਦੇ ਵੀ ਮਾਹਿਰ ਨੇ, ਮੁਖਾਤਿਬ ਨੇ ਮੇਰੇ ਨਾਲ ਸਨੀ ਭਾਅ ਜੀ।
छोले बना रहे हो और दोनों की कुछ तुहाडी जोड़ी है बॉम्बे स्वीट एंड स्नैक्स यह सफर किवें रहा बहुत वधिया रहा जो आप खोलिया है दिसंबर 2016 के खोलिया ही ओपन सीन्स वी आर हेयर आवर कस्टमर मतलब 1.5 hour, 2 hour ड्राइव छोले भटूरे स्पेशल खान आते हैं चाटा और प्लस चिकन टिक्का मसाला जो अपने नॉन वैज भी हैगा वैज भी हैगा अपने को लंच बफे भी रोज़ लाइए है फिर दूर दूर तो कस्टमर अपने बने हुए हैं मतलब केटरिंग दो ढाई ढाई घंटे ड्राइव तक आप करते हैं ऑलरेडी 200 की, 300 की, 500 की प्लस अपनी मिठाई इन्नी फेमस हैगी अपने एल ए तक पक्के ऑर्डर जाते हैं जी होलसेल की डील भी आप करी हुई है जिदा स्टोर 500 pound, 1000 pound इदा जाता रहता साडा सारा ना स्वीट वगैरह भी एवरीथिंग है मतलब मेरे तो हूँ नहीं रहा जा रहा तो मैं तो जरूर छकना चाहना चाट पकौड़ियाँ जिन्हों की गल कर रहे हैं लेकिन उस तो पहला जिमें मैं बार बार कह रहे हैं चना भटूरा यानी कि छोले भटूरे आओ छकते हैं छोले भटूरे तो करते हैं होर तमाम जोड़े इतने ग कस्टमर इन्हों आए हुए हैं उन्होंने गलबात लो जी कोट तो मैं पा लिया हूँ बहर आ गए असी किचन तो लेकिन मैं इतने वेख रहा भाजियाँ और नमक पारे मठियाँ वाजीवा नमकीना इतने पईया हुई हैं तो बेसिकली सनी भाजी बॉम्बे स्वीट एंड स्नैक्स सिर्फ ना छोले भटूरे चाट पकौड़े नहीं बल्कि भाजियों के उत्ते भी डील करते हैं जेकर तुहानू अपने टाउन दे विच भाजियाँ चाहिए तुसी ऑर्डर कर सकते हो बॉम्बे स्वीट एंड स्नैक्स इस नंबर के उत्ते जो नंबर इस टाइम टी वी स्क्रीन के उत्ते चल रहा है और तुसी जे तुहाडे घर दे विच आनंद कारज हैगा जे तुहाडे घर दे विच कोई होर प्रोग्राम आ रहा है तुसी सिर्फ सनी भाजी नू कॉल करनी है और तुहानू तुहाडे टाउन दे विच उन्होंने डब्बे पैक करके बहुत ही वधिया सोहनी इन्हां दी पैकिंग भी है जिस तरीके नाल मैं वेख पा रहा तो चाहे तुहानू अद्धा किलो चाहिए वो भी पैकिंग इन्हां दे कोल मौजूद है एक किलो चाहिए वो भी पैकिंग इन्हां दे कोल मौजूद है कहने का भाव है बल्क ऑर्डर तुसी इन्हां नू दे सकते हो जिहड़ा है नंबर टी वी स्क्रीन के उत्ते चल रहा है काजू कतलियां भी इत्थे पईयां ते एवरी थिंग इज़ हेयर इन बॉम्बे स्वीट एंड स्नैक्स सैक्रमेंटो दे विच कैलिफोर्निया दे किसे भी टाउन दे विच तुहानू कुछ भी चाहिए जस्ट कॉल सनी भाजी लेकिन कस्टमर भी काफ़ी सारे मौजूद ने उन्होंने भी आप गलबात कर लें आओ चलीए तो जिमें मैं तुम्हें कह रहा कि हूँ आप कस्टमरस भी तुम्हें मिला देना जेडे इतने आके इस फूड का आनंद लेंदे हैं तो आई हैव वन कस्टमर लेट मी जस्ट आस्क व्हाट्स हिज नेम व्हाट्स नेम सर मार्क मार्क सो वट इज़ द स्पेशलिटी यू लाइक हेयर एंड विच इज़ योर सिग्नेचर डिश वाई यू कम हेयर आई लाइक द लंच बफेट द गोट करी इज़ माय फेवरेट एंड एवरीथिंग हियर इज़ एक्सलेंट द इट्स द बेस्ट इन द एरिया आई थिंक ते बुफे इत्थे अवेलेबल है जिस करके मार्क इत्थे आउंदे ने और उन्होंने गोट करी बहुत पसंद है इत्थे दी ते तुसी जिवें वेख पा रहे हो बड़े सारे होर भी इत्थे ग्राहक जिहड़े पहुंचे हुए हैं उन्होंने भी आपां गल कर लैने वो की कहना चाहुंदे हन हाय व्हाट्स योर नेम आई एम जो जो व्हाट डू यू लाइक हियर एंड व्हिच इज योर सिग्नेचर डिश आई लाइक चिकन टिक्की मसाला एंड इज योर सिग्नेचर डिश या इट्स माय फर्स्ट टाइम हियर ओ फर्स्ट टाइम यू लाइकिंग द फूड या इट्स गुड व्हाट्स द स्पेशल थिंग अबाउट इन देयर फूड It's like sometimes spicy. Yeah. You like spicy too? Yes, I do. So from last how many months or years you're coming here in this outlet? Like 6 months. 6 months? Yeah. Okay. ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਨਾਂ ਤੁਹਾਡਾ ਸਰੂਪ ਸਿੰਘ ਭਾਈ ਸਰੂਪ ਸਿੰਘ ਜੀ ਕੀ ਆਨੰਦ ਮਾਣ ਰਹੇ ਹੋ ਇੱਥੇ ਆ ਕੇ ਬਹੁਤ ਵਧੀਆ ਜੀ ਬੜਾ ਆਨੰਦ ਆਇਆ ਜੀ ਖਾਣ ਦਾ ਇੰਨਾ ਸਵਾਦਿਸ਼ਟ ਆਇਆ ਜੀ ਬਸ ਗੱਲਾਂ ਛੱਡ ਦਿਓ ਜੀ ਗੱਲਾਂ ਛੱਡਦਾ ਲੇਕਿਨ ਜਦ ਤੱਕ ਗੱਲਾਂ ਕਰਾਂਗੇ ਦੱਸਾਂਗਾ ਕਿਵੇਂ ਆਪਣੇ ਵਿਊਅਰਸ ਨੂੰ ਮੈਂ ਲੇਕਿਨ ਤੁਸੀਂ ਕੀ ਪਾਲਕ ਪਨੀਰ ਤੁਸੀਂ ਰੱਖਿਆ ਹੋਇਆ ਗੱਲ ਨਾਨ ਹੈ ਬਹੁਤ ਸਵਾਦਿਸ਼ਟ ਕਿੰਨੇ ਟਾਈਮ ਤੋਂ ਆ ਰਹੇ ਤੁਸੀਂ ਇੱਥੇ ਮੈਂ ਕਾਫੀ ਟਾਈਮ ਤੋਂ ਆ ਰਿਹਾ ਜਦੋਂ ਵੀ ਆਈਦਾ ਜੀ ਬਹੁਤ ਵਧੀਆ ਸਵੀਟ ਹਰ ਤਰ੍ਹਾਂ ਦੀ ਸਵੀਟ ਸਨੈਕਸ ਖਾਣਾ ਵਾ ਛੋਲੇ ਭਟੂਰੇ ਬਹੁਤ ਵਧੀਆ ਜੀ ਲਓ ਜੀ ਹੋ ਤਾਂ ਗਈਆਂ ਗੱਲਾਂ ਹੁਣ ਪੂਰੀਆਂ ਲੇਕਿਨ ਹੁਣ ਆਪਾਂ ਵੀ ਛੱਕ ਲਈਏ ਕੁਛ ਔਰ ਛੱਕ ਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਵੇਂ ਸਵਾਦ ਆ ਰਿਹਾ ਅਤੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹੁਣ ਇੱਕ ਸਮਾਂ ਵੀ ਹੋ ਗਿਆ ਨਿੱਕੇ ਜਿਹੇ ਵਕਫੇ ਦਾ ਬ੍ਰੇਕ ਲਈ ਆਪਾਂ ਇੱਥੇ ਰੁਕ ਰਹੇ ਹਾਂ ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤਾਂ ਤੁਹਾਨੂੰ ਦਿਖਾਵਾਂਗੇ ਅਤੇ ਨਾਲ ਖਾ ਕੇ ਵੀ ਦੱਸਾਂਗੇ ਕੀ ਹੈ ਇਹਨਾਂ ਦਾ ਟੇਸਟ
ਲਓ ਜੀ ਹੁਣ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਬਿਜ਼ਨਸ ਆਫ ਦ ਵੀਕ ਵਿਦ ਬੋਂਬੇ ਖੁਸੀਨ ਐਂਡ ਇੰਡੀਅਨ ਸਵੀਟਸ ਅਥੈਂਟਿਕ ਇੰਡੀਅਨ ਫਲੇਵਰ ਅਤੇ ਜਿਵੇਂ ਸਾਨੂੰ ਇੰਤਜ਼ਾਰ ਸੀਗਾ ਚਨੇ ਭਟੂਰਿਆਂ ਦਾ ਆਹਾ ਗੱਬੇ ਪਏ ਨੇ ਹੁਣ ਲੈਂਦੇ ਹਾਂ ਸਵਾਦ ਇਹਨਾਂ ਦਾ ਬਹੁਤ ਹੀ ਗਰਮ ਨੇ ਅਤੇ ਪਰ ਰਿਹਾ ਨਹੀਂ ਜਾ ਰਿਹਾ ਸਾਡੇ ਤੋਂ ਇਹਦੇ 'ਚ ਮੂੰਗੀ ਦਾ ਰਾਇਤਾ ਨਾਲ ਵਧੀਆ ਛੋਲੇ ਨੇ ਗਾਰਨਿਸ਼ ਕੀਤਾ ਹੋਇਆ ਇਹਨੂੰ ਅਨੀਅਨਸ ਦੇ ਨਾਲ ਅਤੇ ਦੈਨ ਵੀ ਹੈਵ ਕੈਪਸੀਕਮ ਅਤੇ ਨਾਲ ਆਪਣਾ ਮੈਂਗੋ ਅਚਾਰ ਓਏ ਹੋਏ ਓਏ ਹੋਏ ਲੈਟ ਮੀ ਜਸਟ ਟੇਸਟ ਐਂਡ ਲੈਟ ਮੀ ਜਸਟ ਹੈਵ ਅ ਫੀਲਿੰਗ ਆਫ ਚਨਾ ਭਟੂਰਾ ਗੁੱਡ ਬਹੁਤ ਅੱਛਾ ਥੈਂਕ ਯੂ ਫੋਰ ਆਸਕਿੰਗ ਐਂਡ ਬਹੁਤ ਹੀ ਸਵਾਦ ਜੀ ਚਨੇ ਭਟੂਰੇ ਦ ਕਾਇੰਡ ਆਫ ਫਲੇਵਰ ਦੇ ਹੈਵ ਔਥੈਂਟਿਕ ਇੰਡੀਅਨ ਸਪਾਈਸਿਸ ਜੋ ਇਸਕੇ ਅੰਦਰ ਮੁਝੇ ਗਰਮ ਮਸਾਲਾ ਇਸਕੇ ਅੰਦਰ ਮੁਝੇ ਲਾਲ ਮਿਰਚ ਪਾਊਡਰ ਔਰ ਸਭਸੇ ਖਾਸ ਬਾਤ ਇਸਕੇ ਅੰਦਰ ਜੋ ਆਲੂ ਡਾਲੇ ਹੋਏ ਹੈ ਦੈਟ ਇਜ਼ ਦ ਮੋਸਟ ਅਮੇਜ਼ਿੰਗ ਥਿੰਗ ਯੈਸ ਯੈਸ ਲਓ ਜੀ ਗਰਮਾ ਗਰਮ ਚਨੇ ਭਟੂਰੇ ਇੱਥੇ ਪਹੁੰਚੇ ਹੋਏ ਨੇ ਕਿਸ਼ਨ ਰਾਮ ਜੀ ਦੇ ਅਮੈਰੀਕਾ ਦੀ ਧਰਤੀ ਦੇ ਉੱਤੇ ਆਹ ਅਗਰ ਸਵਾਦਿਸ਼ਟ ਤੁਹਾਨੂੰ ਚਨੇ ਭਟੂਰੇ ਖਾਣ ਤੋਂ ਮਿਲਦੇ ਨੇ ਅਤੇ ਆਪਣਾ ਹੀ ਸਵਾਦ ਆ ਜਾਂਦਾ ਅਤੇ ਬੜੇ ਸਾਰੇ ਕਸਟਮਰਸ ਇੱਥੇ ਪਹੁੰਚੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਲਜੀਤ ਹੈ ਜੀ ਅਤੇ ਚਨੇ ਭਟੂਰੇ ਤਾਂ ਮੈਨੂੰ ਲੱਗਦਾ ਕਿ ਵੈਸੇ ਬੜੇ ਹੈਲਥ ਕੌਨਸ਼ੀਅਸ ਹੁੰਦੇ ਆ ਇੱਥੇ ਅਮੈਰੀਕਾ ਦੇ ਵਿੱਚ ਤਾਂ ਸਾਰੇ ਲੇਕਿਨ ਤੁਸੀਂ ਆ ਕੇ ਸਪੈਸ਼ਲੀ ਅੱਜ ਆਪਣੇ ਫਰੈਂਡਸ ਨਾਲ ਆਇਓ ਹਾਂਜੀ ਜਦੋਂ ਪੰਜਾਬੀ ਖਾਣ ਆਉਂਦੇ ਫਿਰ ਹੈਲਥ ਕੌਨਸ਼ੀਅਸਨੈਸ ਸਾਰੀ ਜਿਹੜੀ ਹੈ ਖਤਮ ਹੋ ਜਾਂਦੀ ਹੈ ਕਹਿੰਦਾ ਭਾਵੇਂ ਜੀ ਕਿ ਆ ਉਹੀ ਚਨੇ ਭਟੂਰੇ ਨੇ ਇਸ ਤੋਂ ਬਾਅਦ ਇਹਨਾਂ ਨੂੰ ਗ੍ਰੀਨ ਟੀ ਵੀ ਚਾਹੀਦੀ ਹੈ ਯੈਸ ਹਾਂਜੀ ਜੀ ਗ੍ਰੀਨ ਟੀ ਵੀ ਚੱਲੂਗੀ ਜੋ ਵੀ ਦਿਓਗੇ ਓਕੇ ਕਿੰਨੇ ਟਾਈਪ ਦੇ ਤੁਸੀਂ ਇੱਥੇ ਆ ਰਹੇ ਹੋ ਅਸੀਂ ਜੀ ਜਦੋਂ ਵੀ ਕੋਈ ਅਸੀਂ ਆਪਣੀ ਫੈਮਿਲੀ ਓਕੇਸ਼ਨ ਸੈਲੀਬ੍ਰੇਟ ਕਰਨਾ ਹੁੰਦਾ ਬਰਥਡੇਜ਼ ਜਾਂ ਐਨੀਵਰਸਰੀਜ਼ ਅਸੀਂ ਪ੍ਰੈਫਰ ਕਰਦੇ ਹਾਂ ਇੱਥੇ ਆਉਣਾ ਹੀ ਇਹਨਾਂ ਦਾ ਫੂਡ ਹੁੰਦਾ ਬਹੁਤ ਵਧੀਆ ਐਂਡ ਸਾਰਾ ਕੁਝ ਹੀ ਅਸੀਂ ਨੋਨ ਵੈਜ ਵੀ ਖਾਂਦੇ ਹਾਂ ਇਸ ਕਰਕੇ ਨੋਨ ਵੈਜ ਵੀ ਇਹਨਾਂ ਦਾ ਬਹੁਤ ਵਧੀਆ ਹੁੰਦਾ ਜੇਕਰ ਮਿਠਾਈਆਂ ਦੀ ਗੱਲ ਕਰੀਏ ਤਾਂ ਕੀ ਲੈ ਕੇ ਜਾਂਦੇ ਹੋ ਮਿਠਾਈਆਂ ਸਾਰੀਆਂ ਹੀ ਅਸੀਂ ਲੈ ਕੇ ਜਾਂਦੇ ਹਾਂ ਪ੍ਰੈਫਰ ਮੇਰੀ ਪ੍ਰੈਫਰੈਂਸ ਜਿਹੜੀ ਪਰਸਨਲ ਹੁੰਦੀ ਆ ਉਹ ਜਿਹੜੀ ਹੈ ਬੰਗਾਲੀ ਕੋਕੋਨਟ ਬਰਫੀ ਹੈ ਇਹਨਾਂ ਦੀ ਬਹੁਤ ਵਧੀਆ ਹਾਂਜੀ ਆਈ ਲਵ ਇਟ ਲਓ ਜੀ ਚਨੇ ਭਟੂਰਿਆਂ ਦੀ ਤੇ ਸੁਗਾਤ ਹੀ ਲੱਗੀ ਇਸ ਟੇਬਲ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਵਿੰਦਰ ਆ ਸੁਖਵਿੰਦਰ ਜੀ ਕੀ ਪਸੰਦ ਆ ਤੁਹਾਨੂੰ ਇੱਥੇ ਦਾ ਅਸੀਂ ਇੱਥੇ ਮੇਨਲੀ ਮੈਂ ਤਾਂ ਛੋਲੇ ਭਟੂਰੇ ਖਾਣ ਆਉਂਦੀ ਹਾਂ ਅਤੇ ਮੈਂ ਕਈ ਫਰੈਂਡਸ ਨੂੰ ਵੀ ਲੈ ਕੇ ਆਈ ਹਾਂ ਉਹਨਾਂ ਨੂੰ ਵੀ ਆਦਤ ਪੈ ਚੁੱਕੀ ਹੈ ਹੁਣ ਉਹ ਵੀ ਛੋਲੇ ਭਟੂਰੇ ਖਾਣੇ ਆਉਂਦੇ ਹਾਂ ਅੱਛਾ ਜੀ ਅਤੇ ਸੈਟਰਡੇ ਸੰਡੇ ਪੰਜਾਬੀਆਂ ਦਾ ਹੁੰਦਾ ਕਿ ਹੁਣ ਘਰ ਕੁਛ ਨਹੀਂ ਪਕਾਉਣਾ ਬਾਹਰ ਜਾ ਕੇ ਆਪਾਂ ਕੁਝ ਨਾ ਕੁਝ ਖਾਣਾ ਅਤੇ ਹੁਣ ਬੋਂਬੇ ਸਵੀਟ ਐਂਡ ਸਨੈਕਸ ਬਾ ਕਮਾਲ ਚਨੇ ਭਟੂਰੇ ਇੱਥੇ ਸਰਵ ਕਰ ਰਹੇ ਨੇ ਔਰ ਕੀ ਤੁਹਾਨੂੰ ਹੋਰ ਪਸੰਦ ਆ ਸੀ ਮੈਂ ਇੱਥੋਂ ਕੋਕੋਨਟ ਬਰਫੀ ਅਤੇ ਬੇਸਨ ਬਰਫੀ ਅਤੇ ਇੱਕ ਇਹਨਾਂ ਦੀਆਂ ਅੰਮ੍ਰਿਤੀਆਂ ਬਹੁਤ ਟੇਸਟੀ ਹੈ ਅਤੇ ਰੱਖੜੀ ਵੇਲੇ ਅਤੇ ਦਿਵਾਲੀ ਵੇਲੇ ਇੱਥੋਂ ਬਰਫੀ ਲੈ ਕੇ ਜਾਈਦੀ ਹੈ ਹਮੇਸ਼ਾ ਫੈਸਟੀਵਲ ਦਾ ਤਾਂ ਲੈ ਕੇ ਜਾਈਦੀ ਹੈ ਲੇਕਿਨ ਜੇਕਰ ਘਰ ਦੇ ਵਿੱਚ ਤੁਹਾਡਾ ਕੋਈ ਪ੍ਰੋਗਰਾਮ ਹੁੰਦਾ ਤਾਂ ਵੀ ਤੁਸੀਂ ਆਰਡਰ ਕਰ ਸਕਦੇ ਇੱਥੋਂ ਹਾਂਜੀ ਰੋਜ਼ਵਿਲ 'ਚ ਇਹ ਇੱਕ ਸਵੀਟ ਸ਼ੌਪ ਹੈ ਅਤੇ ਬੈਸਟ ਆ ਮੇਰੇ ਖਿਆਲ 'ਚ ਲਓ ਜੀ ਰੋਜ਼ਵਿਲ ਦੀ ਸਭ ਤੋਂ ਬੈਸਟ ਅਤੇ ਸਭ ਤੋਂ ਵਧੀਆ ਜਿਵੇਂ ਸਾਨੂੰ ਇਹਨਾਂ ਨੇ ਦੱਸਿਆ ਅਤੇ ਤੁਸੀਂ ਵੀ ਆ ਕੇ ਇਸ ਆਊਟਲੈਟ ਦੇ ਵਿੱਚ ਆਪਣੇ ਔਡਰ ਦੇ ਸਕਦੇ ਹੋ ਕੁਜ਼ੀਨ ਟਰਾਈ ਕਰ ਸਕਦੇ ਹੋ ਵੱਖ ਵੱਖ ਕੁਜ਼ੀਨਸ ਇਹਨਾਂ ਦੇ ਕੋਲ ਲੇਕਿਨ ਹਾਂ ਚਨੇ ਭਟੂਰੇ ਖਾਣਾ ਨਾ ਭੁੱਲਿਓ ਲਓ ਜੀ ਸਾਰਿਆਂ ਨੇ ਬੁਰਕੀਆਂ ਤੋੜ ਲਈ ਤੁਸੀਂ ਅਜੇ ਤੱਕ ਤੋੜੀ ਨਹੀਂ ਕੀ ਗੱਲ ਤੁਸੀਂ ਪੈਕ ਕਰਾਉਣੇ ਆ ਨਹੀਂ ਨਹੀਂ ਪੈਕ ਤਾਂ ਨਹੀਂ ਕਰਾਉਣੇ ਹੁਣ ਜਿਹੜੇ ਮੰਗਵਾਏ ਖਾ ਕੇ ਹੀ ਜਾਵਾਂਗੇ ਓਕੇ 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 ਕੀ ਪਸੰਦ ਆ ਤੁਹਾਨੂੰ ਇੱਥੇ ਹੋਰ ਮੈਨੂੰ ਇਹਨਾਂ ਦੀ ਕਚੋਰੀ ਬਹੁਤ ਪਸੰਦ ਹੈ ਅਤੇ ਮਠਿਆਈਆਂ ਦੇ ਵਿੱਚੋਂ ਪਾਕੀਜ਼ਾ ਅਤੇ ਟੋਡਾ ਬਰਫੀ ਓਕੇ ਇੱਕ ਗੱਲ ਤਾਂ ਮੰਨਣੀ ਪਏਗੀ ਜਿੱਥੇ ਇੰਨਾ ਡਿਲੀਸ਼ੀਅਸ ਫੂਡ ਉੱਥੇ ਇੰਨੇ ਹੀ ਕਸਟਮਰਸ ਵੀ ਮੌਜੂਦ ਹਨ ਲੇਕਿਨ ਹਰ ਕਿਸੇ ਨੂੰ ਇਹ ਜ਼ਰੂਰ ਹੁੰਦਾ ਕਿ ਫੂਡ ਦੇ ਵਿੱਚ ਮਿਰਚ ਮਸਾਲਾ ਜ਼ਿਆਦਾ ਨਾ ਹੋਏ ਬੜੇ ਹੈਲਥ ਕੌਨਸ਼ੀਅਸ ਹੁਣ ਸਾਡੇ ਜਿਹੜੇ ਵਿਊਅਰਸ ਨੇ ਉਹ ਹੋ ਗਏ ਨੇ ਸਾਨੂੰ ਪਤਾ ਘਬਰਾਉਣ ਦੀ ਲੋੜ ਨਹੀਂ ਡਾਕਟਰ ਸਾਹਿਬ ਮੌਜੂਦ ਨੇ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਡਾਕਟਰ ਸਾਹਿਬ ਤੋਂ ਕਿ ਇਹਨਾਂ ਦੇ ਫੂਡ ਦੇ ਵਿੱਚ ਕਿਵੇਂ ਬੈਲੈਂਸ ਡਾਇਟ ਹੈ ਕਿ ਨਹੀਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਇਟ ਦੇ ਵਿੱਚ 6 ਕੰਪੋਨੈਂਟ ਹੁੰਦੇ ਆ ਸਭ ਤੋਂ ਇੰਪੋਰਟੈਂਟ ਤਾਂ ਹੈਗਾ ਪ੍ਰੋਟੀਨਸ ਜਿਹੜਾ ਮੈਂ ਹੁਣ ਕੜੀ ਚੌਲ ਖਾ ਰਿਹਾ ਨਾ ਕੜੀ ਦੇ ਵਿੱਚ ਬੇਸਣ 30% ਪ੍ਰੋਟੀਨ ਹੁੰਦਾ ਉਹ 'ਚ ਅਤੇ ਚੌਲ ਆ ਜਿਹੜੀ ਉਹਦੀ ਪ੍ਰੋਟੀਨ ਕੁਆਲਿਟੀ ਬੜੀ ਹਾਈ ਹੁੰਦੀ ਆ ਅਤੇ ਕੁਈਨ ਆਫ ਪ੍ਰੋਟੀਨ ਕਹਿੰਦੇ ਹਨ ਚੌਲਾਂ ਦੀ ਜਿਹੜੀ ਹੁੰਦੀ ਆ ਸੋ ਇਟਸ ਵੈਲ ਬੈਲੈਂਸ ਡਾਇਟ ਦੂਸਰਾ ਹੁੰਦਾ ਕਾਰਬੋਹਾਈਡਰੇਟ ਕਾਰਬੋਹਾਈਡਰੇਟ ਦੇ ਵਿੱਚ ਕਣਕ
ਚੌਲ ਤੇ ਇਹਦੇ ਨਾਲ ਨਾਲ ਸ਼ੂਗਰ ਵਗੈਰਾ ਸਾਰਾ ਕਾਰਬੋਹਾਈਡਰੇਟ ਹੁੰਦਾ ਉਹ ਐਨਰਜੀ ਸੋਰਸ ਮੇਨ ਐਨਰਜੀ ਸੋਰਸ ਉਹੀ ਹੁੰਦਾ ਟੂ ਮੱਚ ਆਫ ਦੈਟ ਕੈਨ ਕਾਜ ਪ੍ਰੋਬਲਮ ਬਟ ਜਿਹੜਾ ਮੈਂ ਹੁਣ ਈਟ ਕਰ ਰਿਹਾ ਛੜੀ ਚੌਲ ਇਹਦੇ ਵਿੱਚ ਬੈਲੈਂਸਡ ਆ ਇਹ ਠੀਕ ਹੈ ਅਤੇ ਮਿਰਚ ਮਸਾਲੇ ਦੀ ਗੱਲ ਕਰੀਏ ਤਾਂ ਠੀਕ ਨਾ ਸਭ ਠੀਕ ਹੈ ਟਿਪੀਕਲ ਇੰਡੀਅਨ ਥੋੜ੍ਹਾ ਜਿਹਾ ਮਾਇਲਡ ਆ ਕਿਉਂਕਿ ਕਾਫੀ ਅਮੈਰੀਕਨ ਤੁਸੀਂ ਦੇਖਿਆ ਇੱਥੇ ਆਉਂਦੇ ਆ ਇਸ ਕਰਕੇ ਆਉਂਦੇ ਆ ਸੋ ਮਾਇਲਡ ਟੇਸਟ ਆ ਆਈ ਲਾਈਕ ਇਟ ਦੈਟ ਵੇ ਠੀਕ ਹੈ ਅਤੇ ਡਾਕਟਰ ਹਰਬੰਸ ਸਿੰਘ ਸਰਾਵਰਾਂ ਦਾ ਕਹਿਣਾ ਹੈ ਕਿ ਫੂਡ ਜਿਹੜਾ ਬੜਾ ਮਾਇਲਡ ਹੈ ਅਤੇ ਨਾਲ ਬੈਲੈਂਸ ਡਾਈਟ ਹੈ ਅਤੇ ਕੜੀ ਚੌਲ ਹੈ ਖਾ ਰਹੇ ਨੇ ਔਰ ਕਹਿ ਰਹੇ ਨੇ ਕਿ ਕਾਰਬੋਹਾਈਡਰੇਟਸ ਵੀ ਇਹਦੇ ਵਿੱਚ ਮੌਜੂਦ ਹੈ ਯਾਨੀ ਕਿ ਕਹਿਣ ਦਾ ਭਾਵ ਹੈ ਕਿ ਤੁਸੀਂ ਆ ਕੇ ਇੱਥੇ ਆਨੰਦ ਮਾਣ ਸਕਦੇ ਹੋ ਇਹਨਾਂ ਦੇ ਸਵਾਦਿਸ਼ਟ ਭਰਪੂਰ ਡਿਸ਼ਾਂ ਦਾ ਮੇਰੇ ਨਾਲ ਮੌਜੂਦ ਨੇ ਰਜਤ ਜੋ ਕਿ ਇਸ ਪੂਰੇ ਆਊਟਲੈਟ ਨੂੰ ਬਖੂਬੀ ਸੰਭਾਲਦੇ ਹਨ ਔਰ ਅੱਛਾ ਕੰਮ ਕਰ ਰਹੇ ਨੇ ਅਸੀਂ ਵੇਖ ਰਹੇ ਹਾਂ ਇਹਨਾਂ ਨੂੰ ਸ਼ੁਰੂ ਤੋਂ ਸਰਵਿਸ ਵੀ ਵਧੀਆ ਕਰ ਰਹੇ ਸੀਗੇ ਔਰ ਹਰ ਪਰਸਨਲ ਤੌਰ 'ਤੇ ਜਾ ਕੇ ਗੈਸਟ ਨੂੰ ਪੁੱਛ ਰਹੇ ਸੀਗੇ ਕਿ ਉਹਨਾਂ ਨੂੰ ਫੂਡ ਕਿਵੇਂ ਲੱਗਿਆ ਰਜਤ ਕੀ ਕਹਿਣਾ ਚਾਹੁੰਦੇ ਹਨ ਬੋਂਬੇ ਕੁਜ਼ੀਨ ਬਾਰੇ ਮੈਨੂੰ ਇੱਥੇ ਇੱਕ ਸਾਲ ਹੋ ਗਿਆ ਜੀ ਕੰਮ ਕਰਦਿਆਂ ਨੂੰ ਬਹੁਤ ਵਧੀਆ ਲੱਗਦਾ ਕੰਮ ਕਰਨਾ ਆਪਣੀ ਜਨਵਰੀ 'ਚ ਮੈਂ 3 ਤਰੀਕ ਨੂੰ ਸਟਾਰਟ ਕੀਤਾ ਕੰਮ ਇੱਕ ਸਾਲ ਪੂਰਾ ਹੋ ਗਿਆ ਸੋ ਬਹੁਤ ਵਧੀਆ ਲੱਗਾ ਮੈਨੂੰ ਕੰਮ ਭਾਅ ਜੀ ਜਿਹੜੇ ਇੱਥੇ ਤੁਹਾਡੇ ਕੋਲ ਕਸਟਮਰ ਆਉਂਦੇ ਨੇ ਉਹਨਾਂ ਨੂੰ ਕੀ ਸਭ ਤੋਂ ਵਧੀਆ ਲੱਗਦਾ ਐਂਡ ਵਟ ਦੇ ਸੇ ਅਬਾਊਟ ਯੋਰ ਫੂਡ ਸਭ ਤੋਂ ਵਧੀਆ ਉਹਨਾਂ ਨੂੰ ਆਪਣੇ ਬਫੇ 'ਚ ਲੰਚ ਟਾਈਮ ਹੁੰਦਾ ਹੈ ਸਭ ਵਧੀਆ ਪਸੰਦ ਕਰਕੇ ਜਾਂਦੇ ਨੇ ਫੂਡ ਵਧੀਆ ਸਭ ਨੂੰ ਵਧੀਆ ਲੱਗਦਾ ਗੋਰੇ ਵੀ ਆਉਂਦੇ ਨੇ ਸਭ ਵਧੀਆ ਕਹਿ ਕੇ ਜਾਂਦੇ ਨੇ ਫੂਡ ਬਾਰੇ ਅਤੇ ਜਿਵੇਂ ਗੋਰੇ ਤਾਂ ਖਾਂਦੇ ਨੇ ਲੇਕਿਨ ਭਾਅ ਜੀ ਦੀ ਸਿਹਤ ਤੋਂ ਲੱਗ ਰਿਹਾ ਕਿ ਭਾਅ ਜੀ ਵੀ ਆਪਣਾ ਫੂਡ ਜ਼ਰੂਰ ਛੱਕਦੇ ਨੇ ਔਰ ਇਹਨਾਂ ਨੂੰ ਵੀ ਫੂਡ ਆਪਣਾ ਵਧੀਆ ਲੱਗਦਾ ਜਿਵੇਂ ਇਹਨਾਂ ਨੇ ਆਹ ਵਧੀਆ ਡੋਲੇ ਛੋਲੇ ਬਣਾਏ ਹੋਏ ਨੇ ਅਤੇ ਇਹ ਮਿਠਾਈਆਂ ਨਹੀਂ ਇੱਥੇ ਦੇ ਫੂਡ ਖਾ ਕੇ ਇਹਨਾਂ ਦੀ ਵਧੀਆ ਬੋਡੀ ਬਣੀ ਹੈ ਜੇਕਰ ਤੁਸੀਂ ਵੀ ਫੂਡ ਟਰਾਈ ਕਰਨਾ ਚਾਹੁੰਦੇ ਹੋ ਦੈਨ ਯੂ ਹੈਵ ਟੂ ਕਮ ਐਟ ਰੂਜ਼ਵਿਲ ਕੈਲੀਫੋਰਨੀਆ ਸੈਕਰਮੈਂਟੋ ਜਿੱਥੇ ਤੁਸੀਂ ਆ ਕੇ ਬੋਂਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ 'ਚ ਆ ਕੇ ਇਸ ਫੂਡ ਦਾ ਆਨੰਦ ਲੈ ਸਕਦੇ ਹੋ ਸਾਰਿਆਂ ਨਾਲ ਗੱਲਾਂ ਬਾਤਾਂ ਕਰ ਲਈ ਮੈਨੇਜਰ ਸਾਹਿਬ ਆ ਗਏ ਸੀਗੇ ਮੈਨੇਜਰ ਸਾਹਿਬ ਨਾਲ ਵੀ ਗੱਲ ਕਰ ਲੈਣਾ ਦਵਿੰਦਰ ਜੌਨ ਡੀਜੇ ਇਹਨਾਂ ਦਾ ਨਾਂ ਹੈ ਔਰ ਇਸ ਬੋਂਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਨੂੰ ਸੰਭਾਲਦੇ ਹਨ ਡੀਜੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਮੈਨੂੰ ਜਦੋਂ ਦਾ ਖੁੱਲ੍ਹਾ ਜੀ ਰੈਸਟੋਰੈਂਟ ਹੈ ਅਤੇ ਬਹੁਤ ਵਧੀਆ ਮਾਹੌਲ ਆ ਇੱਥੇ ਕੰਮ ਕਰਨ ਦਾ ਵੀ ਆਲ ਵਰਕ ਐਜ਼ ਅ ਟੀਮ ਵਰਕ ਮੈਂ ਵੇਖ ਰਿਹਾ ਕਾਫੀ ਸਾਰੇ ਤੁਹਾਡੇ ਕੋਲ ਅਮੈਰੀਕਨ ਕਲਾਇੰਟਸ ਵੀ ਇੱਥੇ ਆਉਂਦੇ ਨੇ ਔਰ ਤੁਹਾਡੇ ਖਾਣੇ ਨੂੰ ਕੀ ਕਹਿ ਕੇ ਜਾਂਦੇ ਨੇ ਬੈਸਟ ਐਕਸਲੈਂਟ ਮਾਂ ਦੀਆਂ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿਰ ਕਰਦਾ ਇਹ ਗਾਣਾ ਤਾਂ ਮੈਨੂੰ ਯਾਦ ਆਉਂਦਾ ਅਤੇ ਸੰਨੀ ਭਾਅ ਜੀ ਨੂੰ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਤਾਲੀਮ ਜਿਹੜੀ ਹੈ ਉਹ ਮਦਰ ਤੋਂ ਮਿਲੀ ਹੋਣੀ ਹੈ ਔਰ ਜਦ ਉਹ ਬਣਾਉਂਦੇ ਹਨ ਖਾਣਾ ਕਿਚਨ ਦੇ ਵਿੱਚ ਸੰਨੀ ਭਾਅ ਜੀ ਤਾਂ ਇਹ ਯਾਨੀ ਕਿ ਉਹਨਾਂ ਦੇ ਮਦਰ ਉਹਨਾਂ ਨੂੰ ਕੀ ਟੀਚ ਕਰਦੇ ਹਨ ਉਹ ਵੀ ਜਾਣ ਲੈਂਦੇ ਹਾਂ ਹਾਂਜੀ ਬਹੁਤ ਵਧੀਆ ਖਾਣਾ ਬਣਾਉਂਦਾ ਛੋਟਾ ਜਿਹਾ ਬੱਚਾ ਜਦੋਂ ਸਾਡਾ ਆਇਆ ਸੀ ਇੱਥੇ ਆ ਕੇ ਕਾਮਯਾਬੀ ਬਹੁਤ ਪਾਈ ਹਾਂਜੀ ਤੁਸੀਂ ਕੀ ਟ੍ਰੇਨਿੰਗ ਦਿੰਦੇ ਸੀਗੇ ਸੰਨੀ ਭਾਅ ਜੀ ਨੂੰ ਸੰਨੀ ਭਾਅ ਜੀ ਵੀ ਆ ਗਏ ਸਾਡੇ ਨਾਲ ਅਸੀਂ ਇਹੀ ਕਿਹਾ ਕੰਮ ਵਧੀਆ ਕਰਨਾ ਹੈਗਾ ਵੇ ਸਹੀ ਕਰਨਾ ਇਮਾਨਦਾਰੀ ਨਾਲ ਕਰਨਾ ਇੱਜ਼ਤ ਪੱਤ ਨਾਲ ਕਰਨਾ ਕੰਮ ਵਧੀਆ ਠੀਕ ਹੈ ਦਿੰਦੇ ਹਾਂ ਇਹਨੂੰ ਵੀ ਮਾਈਕ ਦਿੰਦੇ ਹਾਂ ਇਹਨੂੰ ਵੀ ਬੋਲਣ ਦਾ ਸ਼ੌਕ ਹੈ ਇੱਕ ਨਵਾਂ ਐਂਟਰਪ੍ਰੀਨੋਰ ਇਹ ਵੀ ਰੇਡੀ ਹੋ ਰਿਹਾ ਅਤੇ ਮੈਨੂੰ ਲੱਗਦਾ ਕਿ ਇਹ ਵੀ ਫਿਊਚਰ ਹੈਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬੋਂਬੇ ਸਵੀਟ ਐਂਡ ਸਨੈਕਸ ਨੂੰ ਸਾਂਭੇਗਾ ਇਹਦਾ ਨਾਂ ਕੀ ਹੈ ਦਿਲਜੀਤ ਸਿੰਘ ਉਹ ਦਿਲਜੀਤ ਨੇ ਵਾਕਈ ਦਿਲ ਸਾਡਾ ਜਿੱਤ ਲਿਆ ਇੱਕ ਨਾਮ ਹੈਗਾ ਦਿਲ ਓਕੇ ਹਾਂਜੀ ਅਤੇ ਜਿਵੇਂ ਭਾਅ ਜੀ ਨੇ ਤਾਂ ਦਿਲ ਜਿੱਤਿਆ ਹੋਇਆ ਨੌਰਥ ਅਮੈਰੀਕਾ ਦੇ ਲੋਕਾਂ ਦਾ ਆਪਣੀ ਮਿਠਾਈਆਂ ਖਿਲਾ ਕੇ ਆਪਣਾ ਖਾਣਾ ਖਿਲਾ ਕੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਦਿਲਜੀਤ ਵੀ ਨੌਰਥ ਅਮੈਰੀਕਾ ਦੇ ਵਿੱਚ ਬੋਂਬੇ ਸਵੀਟਸ ਐਂਡ ਸਨੈਕਸ ਨੂੰ ਇੱਕ ਮੁਕਾਮ ਹਾਸਿਲ ਜ਼ਰੂਰ ਕਰਾਏਗਾ ਅਤੇ ਉਹਨਾਂ ਦਾ ਵੀ ਦਿਲ ਜਿੱਤੇਗਾ ਕਿਉਂਕਿ ਇਹਦਾ ਨਾਂ ਹੈ ਦਿਲਜੀਤ ਅਤੇ ਜੀ ਇਹ ਤਾਂ ਗੱਲ ਹੋ ਗਈ ਬੋਂਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਔਥੈਂਟਿਕ ਇੰਡੀਅਨ ਫਲੇਵਰ ਲੇਕਿਨ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹ ਜਿਹੜਾ ਆਊਟਲੈਟ ਹੈ ਹੋਰ ਕਿੱਥੇ ਕਿੱਥੇ ਹੈਗਾ ਕਿਹੜੇ ਕਿਹੜੇ ਟਾਊਨਾਂ 'ਚ ਹੋਰ ਇਹਨਾਂ ਦੇ ਫਿਊਚਰ ਪ੍ਰੋਜੈਕਟਸ ਹਨ ਉਹ ਵੀ ਜਾਣਨ ਦੀ ਕੋਸ਼ਿਸ਼ ਕਰ ਲੈਂਦੇ ਭਾਅ ਜੀ ਤੋਂ ਹਾਂਜੀ ਹੁਣ ਸਾਡਾ ਸੈਕਿੰਡ ਲੋਕੇਸ਼ਨ ਆਲਰੇਡੀ ਖੁੱਲ੍ਹ ਚੁੱਕਿਆ ਹੈਗਾ ਫੋਲਸਮ ਕੈਲੀਫੋਰਨੀਆ 'ਚ ਅਤੇ ਅਗਲਾ ਪਲਾਨ ਹੈਗਾ ਸੈਕਰਾਮੈਂਟੋ ਫਿਰ ਬੇ ਏਰੀਏ ਵਗੈਰਾ ਸਾਰੇ ਆਪਾਂ ਕਰ ਰਹੇ ਹੈਗੇ ਅੱਗੇ ਤੋਂ ਅੱਗੇ
ਕਿਉਂਕਿ ਸੋ ਫਾਰ ਸਾਡੇ ਕਸਟਮਰ ਆਲਰੇਡੀ ਬਣੇ ਹੋਏ ਅਪ ਟੂ 5-6 ਆਵਰ ਜਿਹੜੇ ਮਿਠਾਈਆਂ ਰੀਨੋ, ਨਵਾਡਾ, ਵਾਸ਼ਿੰਗਟਨ, ਓਰੀਗਨ, ਐਵਰੀਵੇਅਰ ਕਸਟਮਰ ਸਾਡੇ ਕੋਲ ਆ ਕੇ ਮਿਠਾਈ ਵੀ ਲੈ ਕੇ ਜਾਂਦੇ ਹੈਗੇ ਆ, ਲਾਈਕ ਵਿਆਹਾਂ ਸ਼ਾਦੀਆਂ ਲਈ ਭਾਜੀ ਵੀ ਸਾਰਾ ਕੁਛ ਹੈਗੇ ਆ ਜੀ। ਅਤੇ ਭਾਅ ਜੀ ਜਿਹਨੂੰ ਬਲਕ ਔਡਰ ਚਾਹੀਦਾ ਉਹਦੇ ਲਈ ਤੁਹਾਡੇ ਕੋਲ ਕੀ ਅਰੇਂਜਮੈਂਟਸ ਨੇ? ਉਹਦੇ ਲਈ ਆਪਾਂ ਸਪੈਸ਼ਲ ਹੈਗਾ ਜੀ, ਜਿਹੜਾ ਦੁਕਾਨਾਂ ਦਾ ਕੋਈ ਵੀ ਹੈਗਾ ਹੋਲਸੇਲ ਦੀ ਡੀਲ ਕੀਤੀ ਹੋਈ ਆ ਸਾਡੀ ਸਵੀਟ, ਇੱਥੋਂ ਦੀ ਐਲ ਏ ਤੱਕ ਤਾਂ ਆਲਰੇਡੀ ਔਡਰ ਜਾਂਦੇ ਹੈਗੇ, ਹਰ ਵੀਕ 10 ਹਰ ਵੀਕ ਵਿੱਚ 600 ਪਾਉਂਡ ਦਾ ਔਡਰ ਤਾਂ ਪੱਕੇ ਹੀ ਜਾਂਦੇ ਹੈਗੇ, 600-700 ਐਲ ਏ ਤੱਕ ਔਡਰ ਪੱਕਾ ਹੀ ਜਾਂਦਾ ਜੀ। ਅਤੇ ਭਾਅ ਜੀ ਜਿਵੇਂ ਹੁਣ ਇੰਡੀਅਨ ਗਰੋਸਰੀ ਸਟੋਰ ਵੀ ਵੱਖ ਵੱਖ ਟਾਊਨਾਂ ਦੇ ਵਿੱਚ ਖੁੱਲ੍ਹ ਰਹੇ ਹਨ, ਜੇਕਰ ਉਹਨਾਂ ਨੂੰ ਸਪਲਾਈ ਕਰਨੇ ਹੋ ਉਹਦੇ ਲਈ ਵੀ ਤੁਹਾਡੇ ਕੋਲ ਇੰਤਜ਼ਾਮ ਹੈ? ਹਾਂਜੀ, ਉਹ ਵੀ ਆਪਾਂ ਸੂਨ ਕਰਾਂਗੇ, ਜਿੱਦਾਂ ਸਾਰਾ ਕੁਛ ਸਟੋਰਾਂ ਨਾਲ ਵੀ ਡੀਲ ਕਰਾਂਗੇ ਸਾਰਾ ਕੁਛ ਹਾਂਜੀ। ਓਕੇ, ਅਤੇ ਜੇਕਰ ਹੁਣ ਮੈਂ ਕੇਟਰਿੰਗ ਦੀ ਗੱਲ ਕਰ ਲਾਂ, ਕਿੰਨੇ ਬੰਦਿਆਂ ਤੋਂ ਲੈ ਕੇ ਕਿੰਨੇ ਬੰਦਿਆਂ ਤੱਕ ਦੀ ਕੇਟਰਿੰਗ ਤੁਸੀਂ ਅਰੇਂਜ ਕਰ ਲੈਂਦੇ ਹੋ? ਕੇਟਰਿੰਗ ਤਾਂ ਜਿੰਨੇ ਦੀ ਕਹੋਗੇ ਉਨੇ ਦੀ ਕਰ ਦਾਂਗੇ, ਕੇਟਰਿੰਗ ਦੀ ਕੋਈ ਗੱਲ ਨਹੀਂ, ਭਾਵੇਂ 1000 ਦੀ ਹੋਵੇ, 500 ਦੀ ਹੋਵੇ, 15 ਦੀ ਹੋਵੇ, 1500 ਦੀ ਹੋਵੇ, ਆਪਾਂ ਸਾਰਾ ਅਰੇਂਜ ਕਰ ਲਈਦਾ ਜੀ। ਅਤੇ ਕਟਲਰੀ, ਕਰੋਕਰੀ, ਈਚ ਐਂਡ ਐਵਰੀਥਿੰਗ ਕੋਈ ਥੋੜ੍ਹੀ ਜਿਹੀ ਅਰੇਂਜ ਕਰ ਲੈਂਦੇ ਹੋ? ਉਹ ਵੀ ਜੇ ਸਪੈਸ਼ਲ ਕੋਈ ਇੱਦਾਂ ਔਡਰ ਕਰਦੇ ਹੈਗੇ ਉਹ ਵੀ ਅਰੇਂਜ ਕਰ ਦਈਦਾ ਹਾਂਜੀ। ਠੀਕ ਹੈ, ਅਤੇ ਖਾਣੇ ਦੇ ਨਾਲ ਨਾਲ ਜੇਕਰ ਤੁਹਾਨੂੰ ਆਪਣੇ ਘਰ ਦੇ ਵਿੱਚ ਵਿਆਹ ਦੇ ਲਈ ਵੀ ਕੇਟਰਿੰਗ ਦੀ ਲੋੜ ਹੈਗੀ ਹੈ, ਤਾਂ ਭਾਅ ਜੀ ਕੈਲੀਫੋਰਨੀਆ ਦੇ ਨਾਲ ਨਾਲ ਜਿਹੜੇ ਹੋਰ ਵੀ ਸੂਬੇ ਹਨ ਉੱਥੇ ਜਾ ਕੇ ਇਹਨਾਂ ਦੀ ਵੈਨ ਹੈਗੀ ਹੈ ਬਕਾਇਦਾ, ਪੂਰੀ ਟੀਮ ਆਉਂਦੀ ਹੈ, ਪ੍ਰੋਫੈਸ਼ਨਲ ਟੀਮ ਹੈ ਇਹਨਾਂ ਦੇ ਕੋਲ ਜੋ ਆ ਕੇ ਤੁਹਾਡੇ ਘਰ ਦੇ ਵਿੱਚ ਜਾਂ ਫਿਰ ਜਿੱਥੇ ਵੀ ਤੁਸੀਂ ਆਪਣਾ ਪ੍ਰੋਗਰਾਮ ਬੁੱਕ ਕੀਤਾ ਹੋਇਆ ਉੱਥੇ ਆ ਕੇ ਕੇਟਰਿੰਗ ਵੀ ਕਰਦੇ ਹਨ, ਅਤੇ ਨਾਲ ਜੇਕਰ ਤੁਹਾਨੂੰ ਭਾਜੀਆਂ ਦੀ ਔਡਰ ਵੀ ਦੇਣਾ ਤਾਂ ਜਿਹੜਾ ਨੰਬਰ ਟੀ ਵੀ ਸਕਰੀਨ ਦੇ ਉੱਤੇ ਚੱਲ ਰਿਹਾ ਇਸ ਨੰਬਰ ਨੂੰ ਨਾ ਭੁੱਲਿਓ, ਫਟਾਫਟ ਕਾਲ ਕਰੋ ਭਾਜੀ ਨੂੰ ਔਰ ਆਪਣਾ ਔਡਰ ਬੁੱਕ ਕਰਾਓ, ਅਤੇ ਨਾਲ ਆਨੰਦ ਲਓ ਬੋਂਬੇ ਕੁਜ਼ੀਨ ਦਾ ਐਂਡ ਇੰਡੀਅਨ ਸਵੀਟਸ ਦਾ ਅਤੇ ਨਾਲ ਔਥੈਂਟਿਕ ਫਲੇਵਰ ਦਾ। ਬੱਲੇ 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 ਭਾਅ ਜੀ ਨੇ ਆਹ ਬਾ ਕਮਾਲ ਜੀ ਵੈਨ ਵੀ ਰੱਖੀ ਹੋਈ ਆ। ਸਨੀ ਭਾਅ ਜੀ ਜਾ ਰਹੇ ਨੇ ਕਿੱਥੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ, ਕਿੱਥੇ ਜਾ ਰਹੇ ਨੇ ਭਾਅ ਜੀ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਅ ਜੀ, ਮੈਂ ਕੇਟਰਿੰਗ ਆ ਨਾ ਅੱਜ ਆਪਣੀ ਵੱਡੀ 500 ਬੰਦਿਆਂ ਦੀ, ਤਾਂ ਫੂਡ ਲੈ ਕੇ ਉੱਥੇ ਜਾ ਰਿਹਾ ਗਾ, ਉੱਥੇ ਸਾਡੀ ਟੀਮ ਵਰਕ ਕਰਦੀ ਪਈ ਆਲਰੇਡੀ, ਤਾਂ ਮੈਨੂੰ ਬੈਕ ਐਂਡ ਫੋਰਥ ਜਾਣਾ ਪੈਂਦਾ ਵੀ ਸਾਰਾ ਖਾਣਾ ਵਗੈਰਾ ਜੋ ਉਹਨਾਂ ਨੂੰ ਚਾਹੀਦਾ ਦੁਬਾਰਾ ਫਿਰ ਛੱਡਣ ਜਾ ਰਿਹਾ ਉਹ। ਕੀ ਭਾਅ ਜੀ ਪੈਕ ਕੀਤਾ ਹੋਇਆ? ਪੈਕ ਸਾਰਾ ਜੀ ਨੋਨ ਵੈਜ ਕਰੀਆਂ ਵੀ ਹੈਗੀਆਂ, ਵੈਜੀ ਵੀ ਹੈਗੀ, ਐਪੀਟੇਟ ਆਲਰੇਡੀ ਚਲਾ ਚੁੱਕਿਆ ਸਵੇਰੇ, ਤਾਂ ਹੁਣ ਉਹਨਾਂ ਦਾ ਟਾਈਮ ਹੋ ਗਿਆ ਜਿਹੜਾ ਈਵਨਿੰਗ ਪਾਰਟੀ ਹੈ, ਤਾਂ ਫੂਡ ਦਾ ਟਾਈਮ ਹੋ ਗਿਆ, 5 ਵਜੇ ਫੂਡ ਸਰਵ ਕਰਨਾ ਹੈਗਾ ਅਰਾਊਂਡ 4-5 o'clock ਅਰਾਊਂਡ। ਓਕੇ ਹਾਂਜੀ, ਅਤੇ ਦੇਖ ਲਓ ਜੀ ਖੁਦ ਆਪ ਬੜੇ ਮਿਹਨਤੀ ਨੇ, ਔਰ ਮਿਹਨਤੀ ਬੰਦਾ ਤਾਂ ਹੀ ਬੰਦਾ ਜਦ ਖੁਦ ਆਪ ਆਪਣਾ ਕੰਮ ਕਰਦਾ, ਕਹਿੰਦੇ ਆਪ ਮਰੋ ਸਵਰਗ ਜਾਓ, ਅਤੇ ਸਨੀ ਭਾਅ ਜੀ ਉਹੀ ਗੱਲ ਅੱਜ ਦਰਸਾ ਰਹੇ ਨੇ ਕਿ ਇਫ ਯੂ ਵਾਂਟ ਟੂ ਬਿਕਮ ਅ ਸਕਸੈਸਫੁਲ ਬਿਜ਼ਨਸਮੈਨ ਦੈਨ ਯੂ ਹੈਵ ਟੂ ਵਰਕ ਐਂਡ ਵਰਕ ਲਾਈਕ ਸਨੀ ਭਾਅ ਜੀ। ਠੀਕ ਹੈ ਭਾਅ ਜੀ, ਚੰਗਾ ਫਿਰ ਹੈ, ਧਿਆਨ ਰੱਖਿਓ, ਸਤਿ ਸ਼੍ਰੀ ਅਕਾਲ, ਥੈਂਕ ਯੂ ਭਾਅ ਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਿਜ਼ਨਸ ਆਫ ਦਾ ਵੀਕ ਦੇ ਵਿੱਚ। ਅਤੇ ਇਹ ਸੀਗੇ ਸਨੀ ਭਾਅ ਜੀ ਬੋਂਬੇ ਕੁਜ਼ੀਨ ਐਂਡ ਇੰਡੀਅਨ ਸਵੀਟ ਔਥੈਂਟਿਕ ਇੰਡੀਅਨ ਫਲੇਵਰ ਦੇ ਮਾਲਕ, ਜੋ ਕਿ ਆਪ ਖੁਦ ਆਪ ਕੰਮ ਕਰਦੇ ਨੇ ਔਰ ਹੁਣ ਕੇਟਰਿੰਗ ਹੈਗੀ ਇਹਨਾਂ ਦੀ ਅਤੇ ਉੱਥੇ ਜਾ ਰਹੇ ਨੇ, ਅਤੇ ਜਿਵੇਂ ਇਹਨਾਂ ਨੇ ਸਾਨੂੰ ਦੱਸਿਆ ਕਿ ਕੰਮ ਕਰਨਾ ਚਾਹੀਦਾ ਖੁਦ ਆਪ ਗਰਾਊਂਡ ਲੈਵਲ 'ਤੇ ਭਾਅ ਜੀ ਨੇ ਸਾਨੂੰ ਅੰਦਰ ਵੱਖ ਵੱਖ ਮਿਠਾਈਆਂ ਅਤੇ ਆਪਣੇ ਜਿਹੜੇ ਇਹਨਾਂ ਦੇ ਔਥੈਂਟਿਕ ਇੰਡੀਅਨ ਫਲੇਵਰ ਨੇ ਉਹਨਾਂ ਬਾਰੇ ਵੀ ਦੱਸਿਆ, ਅਤੇ ਕਿਵੇਂ ਇਹਨਾਂ ਨੇ ਆਪਣੀ ਇਸ ਕਲਨਰੀ ਆਰਟ ਨੂੰ ਅੱਜ ਇੱਕ ਆਪਣਾ ਪ੍ਰੋਫੈਸ਼ਨ ਬਣਾ ਲਿਆ। ਜੇਕਰ ਤੁਹਾਡੇ ਕੋਲ ਵੀ ਅਜਿਹਾ ਹੁਨ ਟੈਲੈਂਟ ਹੈ, ਜੇਕਰ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਵੀ ਇਹ ਹੁਨਰ ਹੈ, ਤਾਂ ਤੁਸੀਂ ਵੀ ਉਸ ਹੁਨਰ ਦੇ ਨਾਲ ਇੱਕ ਸਕਸੈਸਫੁਲ ਬਿਜ਼ਨਸਮੈਨ ਜਾਂ ਫਿਰ ਬਿਜ਼ਨਸ ਵੂਮੈਨ ਬਣ ਸਕਦੇ ਹੋ, ਲੇਕਿਨ ਤੁਹਾਨੂੰ ਆਪਣਾ ਟੈਲੈਂਟ ਪਹਿਚਾਨਣਾ ਪਏਗਾ। ਇਹੀ ਤਾਂ ਸਾਡੇ ਸ਼ੋਅ ਦਾ ਮਕਸਦ ਹੈ ਕਿ ਤੁਹਾਡਾ ਹੁਨਰ ਜਿਹੜਾ ਹੈ ਉਹ ਇੰਟਰਨੈਸ਼ਨਲ ਪੱਧਰ 'ਤੇ ਲੋਕਾਂ ਨੂੰ ਵਿਖਾਇਆ ਜਾਵੇ, ਤਾਂ ਕਿ ਤੁਹਾਨੂੰ ਆਪਣੇ ਬਿਜ਼ਨਸ 'ਚ ਵੀ ਮੁਨਾਫਾ ਹੋ ਸਕੇ ਔਰ ਤੁਸੀਂ ਕਾਮਯਾਬ ਹੋ ਸਕੋ ਔਰ ਤੁਸੀਂ ਕਹਿ ਸਕੋ ਕਿ ਆਈ ਐਮ ਅ ਸਕਸੈਸਫੁਲ ਬਿਜ਼ਨਸਮੈਨ ਬਿਕੋਜ਼ ਦਿਸ ਇਜ਼ ਬਿਜ਼ਨਸ ਆਫ ਦਾ ਵੀਕ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ ਵਿਦ ਡਾਇਰੈਕਟਰ ਬ੍ਰੋਡਕਾਸਟਿੰਗ ਦੀਪਕ ਦੀਮਾਨਾ ਅਤੇ ਅਸਿਸਟੈਂਟ ਡਾਇਰੈਕਟਰ ਦਲਵੀਰ ਸਿੰਘ ਦੇ ਨਾਲ ਜਸ ਪੰਜਾਬੀ ਦੇ ਲਈ।